ਜੈ ਮਸੀਹ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਖੁਦਾਵੰਦ ਯਿਸੂ ਮਸੀਹ ਵਿੱਚ ਤੁਹਾਡੀ ਸਲਾਮਤੀ ਹੋਵੇ ਔਰ ਪਰਮੇਸ਼ੁਰ ਤੁਹਾਨੂੰ ਇਸੇ ਤਰ੍ਹਾਂ ਬਰਕਤ ਔਰ ਆਸ਼ੀਸ਼ ਦੇਵੇ ਔਰ ਮੈਂ ਅੱਜ ਇੱਕ ਵੀਡੀਓ ਮੈਨੂੰ ਮਿਲੀ ਆ ਦੇਖੀ ਆ ਉਸ ਵੀਡੀਓ ਦੇ ਵਿੱਚ ਇੱਕ ਕਮੇਡੀਅਨ ਭੈਣ ਹੈ ਭਾਰਤੀ ਔਰ ਉਹਦੇ ਨਾਲ ਫਰਾਹ ਖਾਨ ਔਰ ਟਵਿੰਕਲ ਰਵੀਨਾ ਟੰਟਨ ਹੈ ਸ਼ਾਇਦ ਔਰ ਆਪਣੇ ਜੋ ਹਾਲੇਲੂਯਾ ਬੋਲਿਆ ਜਾਂਦਾ ਜਦੋਂ ਆਪਾਂ ਨਾਅਰੇ ਲਾਉਂਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਬੁਲੰਦ ਆਵਾਜ਼ ਦੇ ਨਾਲ ਹਾਲੇਲੂਯਾ ਸ਼ਬਦ ਜਿਹੜਾ ਬੋਲਦੇ ਹਾਂ ਆਪਾਂ ਉਹਨੇ ਹਾਲੇਲੂਯਾ ਦਾ ਬੜਾ ਹੀ ਮਜ਼ਾਕ ਉਡਾਇਆ ਇੱਕ ਪਵਿੱਤਰ ਸ਼ਬਦ ਇੱਕ ਪਵਿੱਤਰ ਨਾਰਾ ਸਾਡਾ ਮਸੀਹੀ ਲੋਕਾਂ ਦਾ ਉਸ ਭੈਣ ਨੇ ਬਹੁਤ ਹੀ ਗੰਦੇ ਤਰੀਕੇ ਨਾਲ ਐਕਸਪਲੇਨ ਕੀਤਾ ਹਾਲੇਲੂਯਾ ਸ਼ਬਦ ਨੂੰ ਇੱਕ ਪਤੀ ਔਰ ਪਤਨੀ ਦੇ ਰਿਲੇਸ਼ਨਸ਼ਿਪ ਦੇ ਨਾਲ ਉਹਨੇ ਜੋੜਿਆ ਵੀ ਇੱਕ ਪਤੀ ਆਪਣੀ ਪਤਨੀ ਨੂੰ ਕਿਸੇ ਤਰ੍ਹਾਂ ਕਹਿੰਦਾ ਹੈ ਵੀ ਜਦੋਂ ਉਹਨੂੰ ਕੰਪੈਲ ਕਰਦਾ ਸਰੀਰਕ ਅਤੇ ਸੰਬੰਧ ਬਣਾਉਣ ਲਈ ਉਹਨੇ ਉਸ ਸ਼ਬਦ ਨੂੰ ਇਸਤੇਮਾਲ ਕੀਤਾ ਔਰ ਕਿਹਾ ਸਭ ਤੋਂ ਵੱਡੀ ਗੱਲ ਵੀ ਹਾਲੇਲੂਯਾ ਕੋਈ ਗੰਦੀ ਗਾਲ ਆ ਉਸ ਭੈਣ ਨੂੰ ਸ਼ਰਮ ਨਹੀਂ ਆਉਂਦੀ ਉਹ ਸਰੀਰ ਦੀ ਮੋਟੀ ਨਹੀਂ ਆ ਮੈਂ ਦੱਸਣਾ ਚਾਹੁੰਦਾ ਉਸ ਭੈਣ ਨੂੰ ਉਹ ਦਿਮਾਗ ਦੀ ਵੀ ਮੋਟੀ ਆ ਉਹਦਾ ਦਿਮਾਗ ਬਹੁਤ ਮੋਟਾ ਭੈਣ ਦਾ ਤੋ ਜਿਹੜੀਆਂ ਨਾਲ ਦੋ ਦੰਦੀਆਂ ਕੱਢਦੀਆਂ ਨੇ ਭੈਣਾਂ ਹੀ ਹੀ ਕਰਕੇ ਉਹ ਜ਼ਿਆਦਾ ਮੋਟੇ ਦਿਮਾਗ ਦੀਆਂ ਨੇ ਕਿਉਂਕਿ ਉਹ ਬਾਈਬਲ 'ਚ ਲਿਖਿਆ ਗਿਆਨ ਬਿਨਾਂ ਮੇਰੀ ਪਰਜਾ ਨਾਸ ਹੁੰਦੀ ਜਾਂਦੀ ਉਹ ਭੈਣ ਨੂੰ ਪਤਾ ਵੀ ਜਿਹੜੀ ਦੂਜੀ ਫਰਾਹ ਖਾਨ ਹੈ ਵੀ ਹਾਲੇਲੂਯਾ ਪ੍ਰੇਸ ਦਾ ਲਾਰਡ ਹੈ ਇਹਦਾ ਮਤਲਬ ਪ੍ਰਭੂ ਦੀ ਮਹਿਮਾ ਹੋਵੇ ਵੀ ਇਹ ਕ੍ਰਿਸਚਨਾਂ ਦੇ ਵਿੱਚ ਬੋਲਿਆ ਜਾਂਦਾ ਸ਼ਬਦ ਹੈ ਫਿਰ ਵੀ ਮਜ਼ਾਕ ਉਡਾ ਰਹੇ ਨੇ ਤਾਂ ਹੱਸ ਰਹੇ ਨੇ ਖਿੜ ਖਿੜ ਕੇ ਖੁਦਾਵੰਦ ਦੇ ਨਾਮ ਨੂੰ ਠੱਠਿਆਂ ਵਿੱਚ ਉਡਾ ਰਹੇ ਨੇ ਤਾਂ ਮੈਂ ਦੱਸਣਾ ਚਾਹੁੰਦਾ ਉਸ ਮੋਟੇ ਦਿਮਾਗ ਵਾਲੀ ਭੈਣ ਨੂੰ ਮੋਟੇ ਸਰੀਰ ਵਾਲੀ ਭੈਣ ਨੂੰ ਵੀ ਭੈਣ ਪਰਮੇਸ਼ੁਰ ਤੋਂ ਮਾਫ਼ੀ ਮੰਗ ਤੌਬਾ ਕਰ ਮਾਫ਼ੀ ਮੰਗ ਪਰਮੇਸ਼ੁਰ ਮਾਫ਼ ਕਰੇਗਾ ਤੈਨੂੰ ਮਾਫ਼ੀ ਦੀ ਲੋੜ ਆ ਜਿਹੜਾ ਵੀ ਪ੍ਰਭੂ ਤੋਂ ਮਾਫ਼ੀ ਮੰਗਦਾ ਪ੍ਰਭੂ ਨੂੰ ਮਾਫ਼ ਕਰਦਾ ਤਾਂ ਤੂੰ ਪਾਪ ਕੀਤਾ ਗੁਨਾਹ ਕੀਤਾ ਪਰਮੇਸ਼ੁਰ ਨੂੰ ਠੱਠਿਆਂ 'ਚ ਉਡਾਇਆ ਔਰ ਪਰਮੇਸ਼ੁਰ ਦੇ ਨਾਮ ਨੂੰ ਤੂੰ ਬਦਨਾਮ ਕੀਤਾ ਔਰ ਮੈਂ ਦੁਆ ਮੰਗਦਾ ਪਰਮੇਸ਼ੁਰ ਤੈਨੂੰ ਬਰਕਤ ਦੇਵੇ ਔਰ ਅਕਲ ਬੁੱਧੀ ਦੇਵੇ ਔਰ ਤੈਨੂੰ ਮਾਫ਼ੀ ਦੇਵੇ ਔਰ ਤੂੰ ਮਾਫ਼ੀ ਮੰਗ ਲਾਈਵ ਹੋ ਕੇ ਚਾਹੇ ਮੈਂ ਇਹ ਨਹੀਂ ਕਹਿੰਦਾ ਤੂੰ ਕਿਸੇ ਮਨੁੱਖ ਤੋਂ ਮਾਫ਼ੀ ਮੰਗ ਤੂੰ ਪਰਮੇਸ਼ੁਰ ਤੋਂ ਯਿਸੂ ਮਸੀਹ ਤੋਂ ਮਾਫ਼ੀ ਮੰਗ ਔਰ ਜਿਹੜੀਆਂ ਉਹਦੇ ਨਾਲ ਦੋ ਭੈਣਾਂ ਦੰਦੀਆਂ ਕੱਢਦੀਆਂ ਸੀ ਉਹਨਾਂ ਨੂੰ ਵੀ ਮੈਂ ਕਹਿੰਦਾ ਵੀ ਮਾਫ਼ੀ ਮੰਗੋ ਵੀ ਪਰਮੇਸ਼ੁਰ ਦੇ ਕੋਲੋਂ ਵੀ ਖੁਦਾ ਸਾਡਾ ਜਿਹੜਾ ਉਹ ਦਇਆ ਦਾ ਧਨੀ ਆ ਉਹ ਮਾਫ਼ੀ ਦੇਵੇਗਾ ਤੁਹਾਨੂੰ ਮਾਫ਼ ਕਰੇਗਾ ਤੁਹਾਨੂੰ ਤੁਸੀਂ ਮਾਫ਼ੀ ਮੰਗੋ ਔਰ ਮੇਰੀ ਬੇਨਤੀ ਹੈ ਜੇ ਤੁਸੀਂ ਮਾਫ਼ੀ ਨਾ ਮੰਗੀ ਮੇਰੀ ਮੋਟੀ ਜੀ ਭੈਣੇ ਪਰਮੇਸ਼ੁਰ ਨੇ ਤੈਨੂੰ ਮਾਫ਼ੀ ਦੇ ਦੇਣੀ ਆ ਤੂੰ ਮੰਗਣ ਦੀ ਕੋਸ਼ਿਸ਼ ਕਰ ਔਰ ਦਿਲੋਂ ਮੰਗੀ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਹਸਾਉਂਦੇ ਹੋ ਗੰਦੀਆਂ ਮੰਦੀਆਂ ਗੱਲਾਂ ਕਰਕੇ ਇਹ ਜਿਹੜਾ ਤੁਹਾਡਾ ਕੰਮ ਹੈ ਨਾ ਨੈਟਵਰਕ ਦਾ ਕੰਮ ਹੈ ਜਿਹੜਾ ਤੇਰਾ ਭੈਣ ਇਹ ਸਾਨੂੰ ਵੀ ਪਤਾ ਗਲਤ ਕੰਮ ਆ ਪਰਮੇਸ਼ੁਰ ਨੇ ਕਿਹਾ ਮਖੌਲੀਆਂ ਦੀ ਜੁੰਡੀ 'ਚ ਨਾ ਬੈਠੋ ਜਦੋਂ ਪਹਿਲਾਂ ਜ਼ਬੂਰ ਪੜ੍ਹਦੇ ਧੰਨ ਹੈ ਉਹ ਮਨੁੱਖੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਨਾ ਮਖੌਲੀਆਂ ਦੀ ਜੁੰਡੀ ਵਿੱਚ ਬਹਿੰਦਾ ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਰਹਿੰਦਾ ਤਾਂ ਤੁਸੀਂ ਮਖੌਲ ਕਰਦੇ ਹੋ ਲੋਕਾਂ ਨੂੰ ਲੋਕਾਂ ਦੀ ਖਿੱਲੀ ਉਡਾਉਂਦੇ ਹੋ ਟਿੱਚਰਾਂ ਕਰਦੇ ਹੋ ਤਾਂ ਤੁਸੀਂ ਤਾਂ ਪਹਿਲਾਂ ਹੀ ਇੰਨਾ ਗੁਨਾਹ ਕਰਦੇ ਹੋ ਅਤੇ ਦੂਜਾ ਤੁਸੀਂ ਰੱਬ ਦੇ ਨਾਂ ਦਾ ਵੀ ਮਖੌਲ ਉਡਾਉਂਦੇ ਹੋ ਇੱਕ ਉਸ ਸ਼ਬਦ ਦਾ ਜਿਹੜਾ ਸ਼ਬਦ ਜਿਹੜਾ ਨਾਰਾ ਸਵਰਗ ਵਿੱਚ ਲਾਇਆ ਜਾਂਦਾ ਫਰਿਸ਼ਤੇ ਬੋਲਦੇ ਨੇ ਹਾਲੇਲੂਯਾ ਅਤੇ ਉਹ ਸ਼ਬਦ ਨੂੰ ਤੂੰ ਗੰਦੀ ਗਾਲ ਦੱਸਦੀ ਆ ਤੂੰ ਹਾਲੇਲੂਯਾ ਕਿਤੇ ਸੱਚੇ ਦਿਲੋਂ ਬੋਲ ਕੇ ਦੇਖ ਤੇਰੀ ਅਕਲ ਬੁੱਧੀ ਖੁੱਲ ਜਾਣੀ ਆ ਤੇਰਾ ਦਿਮਾਗ ਖੁੱਲ ਜਾਣਾ ਜਿਹੜੀ ਤੇਰੀ ਬੁੱਧੀ 'ਤੇ ਪੜਦਾ ਪਿਆ ਨਾ ਪੈਸੇ ਨੇ ਪੜਦਾ ਪਾਇਆ ਤੇਰੇ 'ਤੇ ਉਹ ਤੇਰਾ ਦਿਮਾਗ ਖੁੱਲ ਜੂਗਾ ਜੇ ਤੂੰ ਸੱਚੇ ਦਿਲ ਨਾਲ ਹਾਲੇਲੂਯਾ ਬੋਲੂੰਗੀ ਇਹ ਹਾਲੇਲੂਯਾ ਕੋਈ ਮਾੜਾ ਮੋਟਾ ਸ਼ਬਦ ਨਹੀਂ ਆ ਇਹ ਹਾਲੇਲੂਯਾ ਸਵਰਗ ਦੇ ਵਿੱਚ ਫਰਿਸ਼ਤੇ ਬੋਲਦੇ ਨੇ ਜਿਹੜੇ ਸ਼ਬਦ ਨੂੰ ਤੂੰ ਗੰਦੀ ਗਾਲ ਦੱਸਦੀ ਆ ਅਤੇ ਹਾਲੇਲੂਯਾ ਬੋਲਣ ਦੇ ਨਾਲ ਸਾਡੀਆਂ ਜ਼ਿੰਦਗੀਆਂ ਬਦਲੀਆਂ ਵਾ ਹਾਲੇਲੂਯਾ ਬੋਲਣ ਦੇ ਨਾਲ ਸਾਨੂੰ ਦਲੇਰੀ ਮਿਲਦੀ ਆ ਪਰਮੇਸ਼ੁਰ ਦੇ ਨਾਮ ਦੀ ਤਾਕਤ ਮਿਲਦੀ ਆ ਸਾਨੂੰ ਹਾਲੇਲੂਯਾ ਬੋਲਣ ਨਾਲ ਅਤੇ ਜਿਹਨੂੰ ਤੂੰ ਗਾਲ ਦੱਸਦੀ ਆ ਇਹ ਸ਼ਬਦ ਦੇ ਨਾਲ ਹਾਲਾਤ ਬਦਲਦੇ ਨੇ ਲੋਕਾਂ ਦੇ ਹਾਲੇਲੂਯਾ ਇਹ ਸ਼ਬਦ ਦਾ ਅਰਥ ਆ ਪ੍ਰਭੂ ਦੀ ਮਹਿਮਾ ਹੋਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਜਲਾਲ ਮਿਲੇ ਹਾਲੇਲੂਯਾ ਦਾ ਮੀਨਿੰਗ ਆ ਪਰਮੇਸ਼ੁਰ ਦੀ ਮਹਿਮਾ ਹੋ ਹਾਲੇਲੂਯਾ ਔਰ ਤੂੰ ਜਿਹੜੇ ਸ਼ਬਦ ਯੂਜ਼ ਕੀਤੇ ਨੇ ਭੈਣ ਇਸ ਨਾਰੇ ਨੂੰ ਇਸ ਹਾਲੇਲੂਯਾ ਦੇ ਲਈ ਤੇਰੇ ਲਈ ਬਹੁਤ ਹੀ ਮਾੜੀ ਗੱਲ ਹੈ ਸ਼ਰਮ ਵਾਲੀ ਗੱਲ ਹੈ ਤਾਂ ਤੂੰ ਮਾਫ਼ੀ ਮੰਗ ਪਰਮੇਸ਼ੁਰ ਤੋਂ ਔਰ ਜਿਹੜੀਆਂ ਦੋ ਭੈਣਾਂ ਨੇ ਨਾਲ ਫਰਾਹ ਖਾਨ ਔਰ ਰਵੀਨਾ ਟੰਡਨ ਉਹਨਾਂ ਦੇ ਵੀ ਅੱਗੇ ਤੁਸੀਂ ਵੀ ਮਾਫ਼ੀ ਮੰਗੋ ਭੈਣੋ ਮੇਰੀ ਉਹ ਪਿਆਰ ਨਾਲ ਬੇਨਤੀ ਹੈ ਸਾਡਾ ਪ੍ਰਭੂ ਮਾਫ਼ ਕਰੇਗਾ ਔਰ ਸਾਡੇ ਪਰਮੇਸ਼ੁਰ ਨੇ ਸਾਨੂੰ ਸਿਖਾਇਆ ਮਾਫ਼ ਕਰਨਾ ਜੇ ਕਿਤੇ ਤੂੰ ਇਹੀ ਸ਼ਬਦ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਸਿੱਖ ਭਾਈਚਾਰੇ 'ਚ ਬੋਲਿਆ ਹੁੰਦਾ ਹੁਣ ਨੂੰ ਤੇਰੇ ਉਹਨਾਂ ਨੇ ਪਟੇ ਫੇਰਨੇ ਸੀ ਤੇਰਾ ਚੂੰਡਾ ਫੜ ਕੇ ਘੁਮਾਉਣਾ ਸੀ ਉਹਨਾਂ ਨੇ ਤਾਂ ਤੇਰੇ ਘਰ ਦੇ ਵਿੱਚ ਪੱਥਰ ਸਿੱਟੇ ਜਾਣੇ ਸੀ ਅੱਗ ਲਾਈ ਜਾਣੀ ਸੀ ਤੇਰੇ ਘਰ 'ਚ ਔਰ ਚੈਨਲ ਨੂੰ ਵੀ ਬੰਦ ਕਰਾਇਆ ਜਾਣਾ ਸੀ ਪਰ ਸਾਡਾ ਪਰਮੇਸ਼ੁਰ ਦਇਆ ਦਾ ਪਰਮੇਸ਼ੁਰ ਆ ਤੂੰ ਮਾਫ਼ੀ ਮੰਗ ਤਾਂ ਪਰਮੇਸ਼ੁਰ ਤੈਨੂੰ ਮਾਫ਼ ਕਰੇਗਾ ਔਰ ਮੈਂ ਇੰਨਾ ਕਹਿੰਦਾ ਸਾਰੇ ਮਸੀਹ ਭਾਈ ਭੈਣਾਂ ਨੂੰ ਬੇਨਤੀ ਕਰਦਾ ਉਹ ਜਿਹੜਾ ਲੰਡੀ ਬੁੱਚੀ ਉੱਠਦਾ ਸਾਡੇ ਮਸੀਹ ਦੇ ਖਿਲਾਫ ਸਾਡੇ ਯਿਸੂ ਮਸੀਹ ਦੇ ਖਿਲਾਫ ਕਦੀ ਕੋਈ ਪੋਸਟ ਪਾ ਦਿੰਦਾ ਕਦੀ ਯਿਸੂ ਮਸੀਹ ਨੂੰ ਗਾਲਾਂ ਕੱਢਦਾ ਉਹ ਕਦੀ ਕੁਛ ਕਰਦਾ
ਅਤੇ ਇੱਕ ਹੋ ਜਾਓ ਮਸੀਹ ਭੈਣ ਭਾਈਓ, ਪਰਮੇਸ਼ੁਰ ਦੇ ਨਾਮ ਨੂੰ ਉੱਚਾ ਕਰੀਏ। ਔਰ ਮੈਂ ਇਹ ਨਹੀਂ ਕਹਿੰਦਾ ਵੀ ਦੰਗੇ ਪਸਾਦ ਕਰੋ, ਟਾਇਰਾਂ ਨੂੰ ਅੱਗ ਲਾ ਦਿਓ, ਬੱਸਾਂ ਨੂੰ, ਨਹੀਂ ਨਹੀਂ, ਵੀ ਅਸੀਂ ਸਾਡੇ 'ਚ ਏਕਤਾ ਹੋਣੀ ਚਾਹੀਦੀ ਆ। ਔਰ ਜਿਹੜੇ ਸਾਡੇ ਕੌਮੀ ਲੀਡਰ ਨੇ, ਮਸੀਹੀ ਕੌਮ ਦੇ ਲੀਡਰ ਨੇ, ਮੇਰੀ ਬੇਨਤੀ ਆ ਇਹੋ ਜਿਹੇ ਲੋਕਾਂ ਨੂੰ ਨੱਥ ਪਾਓ, ਕਿਉਂਕਿ ਪਾਸਟਰ ਲੋਕ ਜਿਹੜੇ ਨੇ ਉਹ ਸਿਰਫ ਤੁਹਾਡੇ ਲਈ ਦੁਆਵਾਂ ਕਰ ਰਹੇ ਨੇ, ਤਾਂ ਕਰਾਂਗੇ ਵੀ ਪਰਮੇਸ਼ੁਰ ਤੁਹਾਨੂੰ ਹੋਰ ਉੱਨਤੀ ਔਰ ਤਰੱਕੀ ਦੇਵੇ। ਉਹ ਤਾਂ ਜਿਹੜੇ ਕੰਮ ਲਈ ਤੁਹਾਨੂੰ ਪਰਮੇਸ਼ੁਰ ਨੇ ਚੁਣਿਆ, ਨਿਯੁਕਤ ਕੀਤਾ, ਤੁਹਾਨੂੰ ਕੌਮੀ ਲੀਡਰ ਬਣਾਇਆ, ਇਹ ਤੁਸੀਂ ਇਸੇ ਲਈ ਬਣੇ ਹੋ ਵੀ ਜਦੋਂ ਇਹੋ ਜਿਹੇ ਕੋਈ ਸ਼ਤਾਨੀ ਕਰਦੇ ਨੇ, ਗਲਤ ਲੋਕ ਜੋ ਇਹੋ ਜਿਹੇ ਉੱਠਦੇ ਨੇ, ਉਹਨਾਂ ਨੂੰ ਨੱਥ ਪਾਈ ਜਾ ਸਕੇ। ਔਰ ਤੁਹਾਨੂੰ ਇਜਾਜ਼ਤ ਦਿੱਤੀ ਆ ਪਰਮੇਸ਼ੁਰ ਨੇ, ਤੁਸੀਂ ਇਹੋ ਜਿਹੇ ਲੋਕਾਂ ਨੂੰ ਠੱਲ ਪਾ ਸਕਦੇ ਹੋ। ਔਰ ਮੈਂ ਦੱਸਣਾ ਚਾਹੁੰਦਾ ਵੀ ਮੈਂ ਇਹ ਨਹੀਂ ਚਾਹੁੰਦਾ ਵੀ ਸਾਰੇ ਪਾਸਟਰ ਜਿਹੜੇ ਆਪਣੇ ਆਪਣੇ ਚਰਚਾਂ ਦੇ ਆਵੇ, ਉਹ ਮੇਰਾ ਕੋਈ ਮਸਲਾ ਨਹੀਂ, ਇਹ ਉਸ ਚਰਚ ਦੀ ਗੱਲ ਹੈ, ਇਹ ਹਾਲੇਲੂਇਆ ਕਿਸੇ ਚਰਚ ਨਾਲ ਰਿਲੇਟਡ ਨਹੀਂ ਆ, ਇਹ ਸਾਡੇ ਬਾਪ ਯਿਸੂ ਮਸੀਹ ਨਾਲ ਰਿਲੇਟਡ ਆ, ਇਹ ਸਵਰਗ ਦਾ ਨਾਰਾ ਵਾ, ਇਹ ਹਰੇਕ ਚਰਚ 'ਚ ਬੋਲਿਆ ਜਾਂਦਾ ਵਾ, ਹਰੇਕ ਘਰ 'ਚ ਬੋਲਿਆ ਜਾਂਦਾ ਵਾ, ਹਰੇਕ ਜ਼ੁਬਾਨ ਤੋਂ ਬੋਲਿਆ ਜਾਂਦਾ। ਇਸ ਲਈ ਮੈਂ ਲਾਈਵ ਹੋਇਆ ਵੀ ਇਹ ਕਿਸੇ ਚਰਚ ਦਾ ਮਸਲਾ ਨਹੀਂ, ਵੀ ਉਹ ਚਰਚ ਦਾ ਮਸਲਾ ਵੀ ਅਸੀਂ ਤਾਂ ਨਹੀਂ ਬੋਲਣਾ, ਇਹ ਮਸੀਹੀ ਕੌਮ ਦਾ ਮਸਲਾ ਵਾ। ਮੈਂ ਨਹੀਂ ਕਹਿੰਦਾ ਵੀ ਧਰਨੇ ਦੇ ਦਿਓ, ਲੜਾਈਆਂ ਕਰ ਲਿਓ, ਫਸਾਦ ਕਰ ਦਿਓ, ਜਿਸ ਤਰ੍ਹਾਂ ਵੀ ਹੁੰਦਾ ਉਹਨਾਂ ਭੈਣਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ ਲਾਈਵ ਹੋ ਕੇ, ਜਿਸ ਤਰ੍ਹਾਂ ਉਹਨਾਂ ਨੇ ਲਾਈਵ ਗੰਦ ਪਕਿਆ। ਔਰ ਸਾਡੇ ਪ੍ਰਭੂ ਯਿਸੂ ਮਸੀਹ ਦੀ, ਸਾਡੇ ਮਸੀਹੀ ਕੌਮ ਦੀ ਬੇਅਦਬੀ ਕੀਤੀ ਆ, ਸਾਡੇ ਸ਼ਬਦ ਦੀ, ਨਾਰੇ ਦੀ ਬੇਅਦਬੀ ਕੀਤੀ ਆ। ਇਸੇ ਤਰ੍ਹਾਂ ਲਾਈਵ ਹੋ ਕੇ ਮੋਟੀ ਜੀ ਭੈਣ, ਦਿਮਾਗ ਤੋਂ ਜਿਹੜੀ ਮੋਟੀ ਆ, ਮਾਫ਼ੀ ਮੰਗੇ, ਉਹਦੇ ਨਾਲ ਦੀਆਂ ਵੀ ਮਾਫ਼ੀ ਮੰਗਣ, ਜਿਹੜੀਆਂ ਬਹੁਤ ਹੀੜ ਹੀੜ ਕਰਕੇ ਦੰਦੀਆਂ ਕੱਢਦੀਆਂ ਹੈਗੀਆਂ। ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਜੈ ਮਸੀਹ ਦੀ ਕਹਿੰਦਾ। ਔਰ ਜੇ ਕੁਛ ਕਿਸੇ ਨੂੰ ਇਹਨਾਂ ਸ਼ਬਦਾਂ ਨਾਲ ਠੇਸ ਪਹੁੰਚਿਆ, ਤਾਂ ਮੈਂ ਮਾਫ਼ੀ ਮੰਗ ਲੈਂਦਾ ਪਹਿਲਾਂ ਹੀ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੇਨ। ਗੋਡ ਬਲੈਸ ਯੂ।